ਦੇਖੋ ਜਦੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਨੀਅਤ ਸਾਫ਼ ਨੇ, ਕੈਪਟਨ ਸਾਹਿਬ ਦਾ ਇੰਟਰਸਟ ਵੀ ਹੈ। ਜਿਹੜੇ ਕੋਈ ਵਪਾਰੀ ਨੇ ਆਪਣੀ ਦੁਕਾਨ 'ਤੇ ਜਾਣਾ ਹੀ ਨਹੀਂ, ਤੇ ਵੇਚੂਗਾ ਕੀ, ਦੁਕਾਨ ਕਿਵੇਂ ਚੱਲੂਗੀ। ਜਿਹੜਾ ਮੁੱਖ ਮੰਤਰੀ ਨੇ ਆਪਣੇ ਦਫ਼ਤਰ ਜਾਣਾ ਹੀ ਨਹੀਂ, ਜਿਹੜੇ ਮੁੱਖ ਮੰਤਰੀ ਨੇ ਪੰਜਾਬ 'ਚ ਆਉਣਾ ਹੀ ਨਹੀਂ, ਜਿਹੜੇ ਮੁੱਖ ਮੰਤਰੀ ਨੂੰ ਪਤਾ ਹੀ ਨਹੀਂ ਕਿ ਸੜਕਾਂ ਟੁੱਟੀਆਂ, ਜਿਹੜੇ ਮੁੱਖ ਮੰਤਰੀ ਨੂੰ ਪਤਾ ਹੀ ਨਹੀਂ ਕਿ ਗਰੀਬ ਨੂੰ 20,000 ਦੇ ਬਿੱਲ ਆਈ ਜਾਂਦੇ ਆ, 50,000 ਦੇ ਬਿੱਲ ਆਈ ਜਾਂਦੇ ਆ, ਉਹਨੂੰ ਕੀ ਪਰਵਾਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਹਾਂ ਗੁਰਪਿਆਰਿਓ, ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨਤਮਸਤਕ ਹੋਣ ਲਈ ਪਹੁੰਚੇ, ਜਿੱਥੇ ਉਹਨਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਰਸਮੀ ਗੁਰਬਾਣੀ ਦਾ ਆਨੰਦ ਮਾਣਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਉਹਨਾਂ ਦੱਸਿਆ ਕਿ ਪੰਜਾਬ ਵਿੱਚ ਪਹਿਲੀ ਵਾਰ ਅਜਿਹਾ ਮੁੱਖ ਮੰਤਰੀ ਬਣਿਆ ਹੈ ਜਿਸ ਨੂੰ ਪੰਜਾਬ ਦੀ ਕੋਈ ਪਰਵਾਹ ਨਹੀਂ। ਦਿੱਲੀ ਵਿੱਚ ਹੋਈ ਹਿੰਸਾ ਲਈ ਸਰਕਾਰ ਨੂੰ ਸਖ਼ਤੀ ਨਾਲ ਐਕਸ਼ਨ ਲੈਣਾ ਚਾਹੀਦਾ ਹੈ। ਜਿਨ੍ਹਾਂ ਨੇ ਇਹ ਦੰਗੇ ਕੀਤੇ ਨੇ ਉਹਨਾਂ ਨੂੰ ਅੰਦਰ ਹੋਣਾ ਚਾਹੀਦਾ ਹੈ। ਸੁੱਖੀ ਰੰਧਾਵਾ ਦੇ ਮੈਡਮ ਹਰਸਿਮਰਤ ਦੇ ਅਸਤੀਫੇ ਦੇ ਬਿਆਨ 'ਤੇ ਉਹਨਾਂ ਕਿਹਾ ਕਿ ਉਹ ਝੂਠਾ ਬੰਦਾ ਹੈ, ਸਿੱਧੂ ਦਾ ਰੋਡ ਮੈਪ ਇੱਕਦਮ ਝੂਠਾ ਹੈ। ਕਾਂਗਰਸ ਦੇ MLA ਖੁਦ ਡਰੱਗ ਸਪਲਾਈ ਕਰਦੇ ਨੇ। ਇਹਨਾਂ ਨਸ਼ਿਆਂ ਦੇ ਚੱਲਦਿਆਂ ਹੀ ਪੰਜਾਬ ਦਾ ਭਵਿੱਖ ਅੱਜ ਖਤਰੇ ਵਿੱਚ ਹੈ। ਪੰਜਾਬ ਸਰਕਾਰ ਦੇ ਵਿਰੁੱਧ ਲੋਕਾਂ ਵਿੱਚ ਰੋਸ ਸਾਡੀ ਰੈਲੀ ਵਿੱਚ ਵਾਧੀ ਤਾਦਾਦ ਤੋਂ ਹੀ ਪਤਾ ਲੱਗ ਰਿਹਾ ਹੈ। ਯਾਰ ਉੱਥੇ ਕਹਿੰਦਾ ਉਹ ਕਾਰਨੀਵੋਰ ਬਿਮਾਰੀ ਜੀ ਲੱਗ ਗਈ ਨਾ ਚਾਈਨਾ, ਤਾਂ ਹੀ ਕੈਪਟਨ ਸਾਹਿਬ ਕਹਿੰਦੇ ਬਜਟ ਨਹੀਂ ਪੂਰਾ ਕਰ ਸਕਦੇ। ਜਿਸ ਫਾਰਮੂਲੇ ਨਾਲ ਅੰਮ੍ਰਿਤਸਰ ਸ਼ਹਿਰ ਸੋਹਣਾ ਬਣਿਆ, ਜਿਸ ਫਾਰਮੂਲੇ ਨਾਲ ਵਿਰਾਸਤੀ ਮਾਰਗ ਬਣਿਆ, ਸੜਕਾਂ ਬਣੀਆਂ, ਥਰਮਲ ਪਲਾਂਟ ਬਣੇ, ਬੇਸਿਕਲੀ ਇਹਨਾਂ ਦੀ ਨੀਅਤ ਸਾਫ਼ ਨੇ, ਕੈਪਟਨ ਸਾਹਿਬ ਦਾ ਇੰਟਰਸਟ ਹੀ ਨਹੀਂ ਹੈ। ਜਿਹੜੇ ਕੋਈ ਵਪਾਰੀ ਨੇ ਆਪਣੀ ਦੁਕਾਨ 'ਤੇ ਜਾਣਾ ਹੀ ਨਹੀਂ, ਅਤੇ ਵੇਚੂਗਾ ਕੀ, ਦੁਕਾਨ ਕਿਵੇਂ ਚੱਲੂਗੀ। ਜਿਹੜਾ ਮੁੱਖ ਮੰਤਰੀ ਨੇ ਆਪਣੇ ਦਫ਼ਤਰ ਜਾਣਾ ਹੀ ਨਹੀਂ, ਜਿਹੜੇ ਮੁੱਖ ਮੰਤਰੀ ਨੇ ਪੰਜਾਬ 'ਚ ਆਉਣਾ ਹੀ ਨਹੀਂ, ਜਿਹੜੇ ਮੁੱਖ ਮੰਤਰੀ ਨੂੰ ਪਤਾ ਹੀ ਨਹੀਂ ਕਿ ਸੜਕਾਂ ਟੁੱਟੀਆਂ, ਜਿਹੜੇ ਮੁੱਖ ਮੰਤਰੀ ਨੂੰ ਪਤਾ ਹੀ ਨਹੀਂ ਕਿ ਗਰੀਬ ਨੂੰ 20,000 ਦੇ ਬਿੱਲ ਆਈ ਜਾਂਦੇ ਆ, 50,000 ਦੇ ਬਿੱਲ ਆਈ ਜਾਂਦੇ ਆ, ਉਹਨੂੰ ਕੀ ਪਰਵਾਹ, ਕੀ ਫਿਕਰ ਹੈ। ਆਪਾਂ ਨੂੰ ਪਹਿਲੀ ਵਾਰ ਅਜਿਹਾ ਮੁੱਖ ਮੰਤਰੀ ਬਣਿਆ ਜਿਹਨੂੰ ਕੋਈ ਫਿਕਰ ਹੀ ਨਹੀਂ। ਕੈਪਟਨ ਸਾਹਿਬ ਵਪਾਰੀ ਨੇ, ਮੇਰਾ ਮਤਲਬ ਵਪਾਰੀ ਨਹੀਂ, ਉਹਨਾਂ ਦਾ ਵਪਾਰ ਕੀ ਹੈ ਕਿ ਉਹਨਾਂ ਦਾ ਮਨ ਸੀ ਕਿ ਮੈਂ ਮੁੱਖ ਮੰਤਰੀ ਬਣਨਾ। ਕਿਹਨੇ ਦਿੱਤਾ ਅਵਾਰਡ? ਉਹ ਦੱਸਾਂ ਕੀ ਸੀ, ਗੱਲ ਤੁਸੀਂ ਸੁਣਿਆ ਨੀ, ਉਹ ਦੇਖਿਆ ਸੀ ਜਿੰਨੇ ਵਰਸਟ ਹੈ ਉਹਨਾਂ ਤੋਂ ਬੈਸਟ ਹੈ, ਥੱਲੇ ਉਹ ਨੰਬਰ 1 ਹੈ, ਥੱਲੇ ਨੰਬਰ 1 ਤੋਂ ਦਿੱਤੇ ਹੈ ਅਵਾਰਡ। ਮੈਂ ਸਟਰੋਂਗਲੀ ਕੰਡੈਮ ਕਰਦਾ ਜੋ ਦਿੱਲੀ 'ਚ ਹੋਇਆ, ਗਵਰਨਮੈਂਟ ਆਫ ਇੰਡੀਆ ਨੂੰ ਅਤੇ ਦਿੱਲੀ ਗਵਰਨਮੈਂਟ ਨੂੰ ਸਟਰੋਂਗ ਐਕਸ਼ਨ ਲੈਣਾ ਚਾਹੀਦਾ ਹੈ। ਆਹ ਹਿੰਦੁਸਤਾਨ ਦੇਸ਼ ਦਾ ਕੈਪੀਟਲ ਹੈ, ਦੁਨੀਆ ਵਿੱਚ ਨਿਗਾਹ ਇਸ ਜਗ੍ਹਾ 'ਤੇ ਲੱਗੀਆਂ, ਇਹਦਾ ਪੋਲੀਟੀਕਲ ਇਕਨੋਮਿਕ ਇੰਪੈਕਟ ਬਹੁਤ ਜ਼ਬਰਦਸਤ ਹੋਣਾ, ਤੋ ਇਸ ਕਰਕੇ ਜਲਦੀ ਤੋਂ ਜਲਦੀ ਦੋਸ਼ੀਆਂ ਨੂੰ ਫੜਿਆ ਜਾਏ। ਐਂ 84 ਵਾਂਗੂ ਨਹੀਂ ਰਹਿਣਾ ਹੋਣਾ ਚਾਹੀਦਾ ਕਿ 84 ਹੋ ਗਈ ਅਤੇ ਜਿਹੜੇ ਦੋਸ਼ੀ ਇਹਨਾਂ ਖੁੱਲ੍ਹੇ ਸ਼ਰੇਆਮ ਫਿਰਦੇ ਰਹੇ। ਕੋਈ ਮਰਜ਼ੀ ਹੋਏ, ਕਿਸੇ ਮਰਜ਼ੀ ਪਾਰਟੀ ਨਾਲ ਅਫੀਲੀਏਸ਼ਨ ਹੋਏ, ਕਿੰਨੇ ਤੋਂ ਵੱਡਾ, ਵੱਡੇ ਤੋਂ ਵੱਡਾ ਕਿੰਨਾ ਮਰਜ਼ੀ ਸੀਨੀਅਰ ਬੰਦਾ ਹੋਏ,
ਜੋ ਇੰਨਾ ਬੁਰਾ ਕੰਮ ਕੀਤਾ ਅੰਦਰ ਹੋਣੇ ਚਾਹੀਦੇ। ਸੀ ਜਿਹੜੇ ਕਾਂਗਰਸ ਦੀ ਸੋਚ ਹੈ ਨਾ, ਇਹਨਾਂ ਦੇ ਮਨ 'ਚ ਖਾਸ ਕਰਕੇ ਗਾਂਧੀ ਪਰਿਵਾਰ 'ਚ ਐਂਟੀ ਸਿੱਖ ਜਿਹੜੀ ਸੋਚ ਹੈ ਨਾ, ਤੁਸੀਂ ਦੇਖ ਲਓ ਇਹਨਾਂ ਨੂੰ, ਇਹਨਾਂ ਨੂੰ ਉਹ ਉਹ ਗੱਲ ਬਣ ਨਹੀਂ, ਮਨ 'ਚ ਆ ਨਹੀਂ ਰਹੀ ਕਿ ਕਰਤਾਰਪੁਰ ਕੋਰੀਡੋਰ ਖੁੱਲ੍ਹਿਆ ਕਿਵੇਂ। ਸੋ ਹਰ ਕਿਸਮ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਟੈਰਿਸ ਬਣਨਾ ਹੋਏ, ਟੈਰਿਸ ਬਣਨ ਵਾਸਤੇ ਉੱਥੇ ਜਾਣ ਦੀ ਲੋੜ ਨਹੀਂ ਹੈ, ਇੱਥੇ ਬੈਠੇ ਬੈਠੇ ਇੰਨੇ ਸਾਲ ਟੈਰਿਸ ਬਣ ਗਏ। ਤੋ ਇਸ ਕਰਕੇ ਜਿਹੜੇ ਆਪਾਂ ਹਰ ਕਮਿਊਨਿਟੀ ਨੂੰ ਬਦਨਾਮ ਨਾ ਕਰੀਏ, ਪਹਿਲੇ ਵੀ ਇਹਨਾਂ ਨੇ ਕਮਿਊਨਿਟੀ ਨੂੰ ਬਦਨਾਮ ਕੀਤਾ ਅਤੇ ਹੁਣ ਫਿਰ ਤੋਂ ਇਹਨਾਂ ਦੀ ਸਾਜਿਸ਼ ਹੈ। ਇੱਕ ਗੱਲ ਦੱਸੋ, ਪੰਜਾਬ ਸਰਕਾਰ ਚੈੱਕ ਐਸ ਐਚ ਓ ਚੈੱਕ ਕਰੇ ਨਾ, ਚੈੱਕ ਐਸ ਐਚ ਓ ਕਰੇ ਨਾ, ਉਹ ਕਿਹਦੇ ਥੱਲੇ ਹੈ? ਸੁਖੀ ਰੰਧਾਵਾ ਕਹਿ ਰਹੇ ਨੇ ਕਿ ਕਿਤੇ ਨਾ ਕਿਤੇ ਜਿਹੜੇ ਅਕਾਲੀ ਦਲ ਹੈ, ਮੈਡਮ ਹਰਸਿਮਰਤ ਕੌਰ ਅਸਤੀਫਾ ਦੇਣ ਦੀ ਬਜਾਏ ਇਸ ਮਾਮਲੇ ਦੇ ਵਿੱਚ ਕੇਂਦਰ ਸਰਕਾਰ ਦੇ ਡਾਇਰੈਕਟ ਐਸ ਐਚ ਓ ਨੇ ਕਿਹਾ ਕੇਂਦਰ ਸਰਕਾਰ ਵੱਲੋਂ ਹੁਕਮ ਸੀ ਆਈ ਪੀ ਦੇ। ਇੱਕ ਮਿੰਟ, ਕੇਂਦਰ ਸਰਕਾਰ ਕੋਈ ਡਾਇਰੈਕਟ ਨਹੀਂ ਕਰਦੀ, ਸਾਰੇ ਕੰਮ ਸਟੇਟ ਸਬਜੈਕਟ ਹੈ, ਲਾਅ ਐਂਡ ਆਰਡਰ ਸਟੇਟ ਸਬਜੈਕਟ ਹੈ। ਸੁਖੀ ਰੰਧਾਵਾ ਤਾਂ ਉਹਨੂੰ ਆਦਤ ਹੈ ਝੂਠ ਤੇ ਝੂਠ ਡਰਾਮੇ ਕਰਨੀ। ਨਵਜੋਤ ਸਿੰਘ ਸਿੱਧੂ ਨੂੰ ਦੁਬਾਰਾ ਇੱਕ ਫੋਟੋ ਰਿਲੀਜ਼ ਕਰਤੀ ਇਹਨਾਂ ਨੇ, ਜਿਹਦੇ ਨਾਲ ਸੋਨੀਆ ਗਾਂਧੀ ਦੇ ਘਰ ਗਏ ਨੇ, ਰੋਡ ਮੈਪ ਉਹਨਾਂ ਨੇ ਰੋਡ ਮੈਪ ਪੰਜਾਬ ਦਾ ਉਹਨਾਂ ਨੂੰ ਦਿਖਾਇਆ ਹੈ। ਉਹਨਾਂ ਨੇ ਰੋਡ ਮੈਪ ਅੰਮ੍ਰਿਤਸਰ ਦਾ ਦਿਖਾਇਆ ਜਿੱਥੇ BRT ਉਹਨਾਂ ਨੇ ਬੰਦ ਕੀਤੀ ਸੀ, ਜਿੱਥੇ ਵਿਰਾਸਤੇ ਮਾਰਗ ਦਾ ਬੁਰਾ ਹਾਲ ਕਰ ਦਿੱਤਾ ਸੀ, ਜਿੱਥੇ ਉਹਨਾਂ ਦੇ ਮਹਿਕਮੇ ਥੱਲੇ ਜਦੋਂ ਲੋਕਲ ਬੋਡੀ ਡਿਪਾਰਟਮੈਂਟ ਸੀ, ਜੋ ਹਾਲਾਤ ਪੰਜਾਬ ਦੀ ਹੋਈ, ਜੋ ਅੰਮ੍ਰਿਤਸਰ ਸ਼ਹਿਰ ਦੀ ਹੋਈ, ਜੋ ਇੱਥੇ ਕਬਜ਼ੇ ਕੀਤੇ ਗਏ, ਜੋ ਲਾਇਸੈਂਸ ਮਤਲਬ ਦਾ ਰੋਡ ਮੈਪ ਦਿਖਾ ਕੇ ਆਇਆ ਕਿ ਆਹ ਮੈਂ ਕੀਤਾ। ਕੈਪਟਨ ਸਾਹਿਬ ਨੇ ਕਲੀਨ ਚਿੱਟ ਦਿੱਤੀ ਹੈ ਜੀ DGP ਨੂੰ ਵੀ ਅਤੇ ਆਪਣੇ ਮਿਨਿਸਟਰ ਨੂੰ ਵੀ। ਕੈਪਟਨ ਸਾਹਿਬ ਦੀ ਤਾਂ ਆਦਤ ਹੈ ਕੋਈ ਮਰਡਰ ਕਰਕੇ ਆ ਜਾਏ ਉਹਨੂੰ ਕਹਿੰਦੇ ਕਲੀਨ ਚਿੱਟ। ਕੈਪਟਨ ਸਾਹਿਬ ਨੇ ਤਾਂ ਸਾਰੇ ਜਿੰਨੇ ਡਰੱਗ ਵੇਚਦੇ ਹੈ ਸਾਰਿਆਂ ਨੂੰ ਕਲੀਨ ਚਿੱਟ ਦਿੱਤੀ ਹੈ। ਜਿੰਨੇ ਅੱਜ ਕਾਂਗਰਸ ਦੇ MLA ਜਿਹੜੇ ਆ, ਮੈਂ ਕਹਿੰਦਾ ਸਭ ਤੋਂ ਵੱਡ ਪੇਟਨੇ 'ਚ ਅੱਜ ਜੇ ਡਰੱਗਸ ਵੇਚਣ ਵਾਲੇ ਮਿਲ ਰਹੀ ਹੈ ਤਾਂ ਕਾਂਗਰਸ ਦੇ MLA ਤੋਂ ਮਿਲ ਰਹੀ ਹੈ, ਮਹੀਨਾ ਲੈ ਰਹੇ ਆ ਸਾਰੇ। ਮੈਂ ਫਿਰੋਜ਼ਪੁਰ ਵੀ ਗਿਆ, ਇੱਧਰ ਵੀ ਜਾ ਕੇ ਮੈਨੂੰ ਡਾਇਰੈਕਟ ਰਿਪੋਰਟਾਂ ਹੈ ਜਿੱਥੇ ਕਾਂਗਰਸ ਦੇ MLA ਜਿਹੜੇ ਡਰੱਗ ਬੰਦੇ ਵੇਚਦੇ ਫੜੇ ਗਏ ਅਤੇ ਕਾਂਗਰਸ ਦੇ MLA ਨੇ ਛਡਾਇਆ ਉਹਨਾਂ ਨੂੰ। ਅਤੇ ਮੈਂ ਪੁਲਿਸ ਵਾਲਿਆਂ ਨੂੰ ਪੁੱਛਿਆ ਕਿਉਂ ਛੱਡੇ, ਉਹ ਕਹਿੰਦੇ ਸਾਡੀ ਮਜਬੂਰੀ ਹੈ, ਸਾਨੂੰ ਡਰਾਉਂਦੇ ਆ ਕਿ ਨਹੀਂ, ਅਸੀਂ ਬਦਲ ਦੇਵਾਂਗੇ, ਤੁਹਾਡੇ 'ਤੇ ਐਕਸ਼ਨ ਲਵਾਂਗੇ। ਆਹ ਤਾਂ ਹਾਲਾਤ ਹੋਈ ਪਈ ਹੈ। ਮੈਂ ਉਹਦੇ ਬਾਰੇ ਉਹ ਸੀ ਫਿਊਚਰ ਤਾਂ ਪਰਮਾਤਮਾ ਨੂੰ ਪਤਾ, ਮੈਂ ਇਹਦੇ ਬਾਰੇ ਕਮੈਂਟ ਨਹੀਂ ਕਰਨਾ ਚਾਹੁੰਦਾ। ਮੈਂ ਉਹਦੇ ਬਾਰੇ ਤਾਂ ਤੁਹਾਨੂੰ ਪਤਾ, ਤੁਸੀਂ ਅੰਮ੍ਰਿਤਸਰ ਵਾਲੇ ਹੋ, ਤੁਸੀਂ ਮੇਰੇ ਵੀਰ ਸਿੱਧੂ ਸਾਹਿਬ ਨੂੰ ਤੁਸੀਂ ਜਾਣਦਾ ਜਾਣਦੇ ਹੋ ਮੇਰੇ ਨਾਲ, ਹੋਏ ਨਹੀਂ ਤੁਹਾਡੇ ਨਾਲ ਜ਼ਿਆਦਾ ਸਾਥ ਲਿਆ ਤੁਸੀਂ ਤਾਂ ਰੋਜ਼ ਹੀ ਤੁਸੀਂ ਸਿਆਸਤ ਦੇ ਵਿੱਚ ਤੁਸੀਂ ਉਹਨਾਂ ਨੂੰ ਜਾਣਦੇ ਨਾ ਕਿ ਸਿਆਸੀ ਤੌਰ ਤੇ ਕਿੰਨੇ ਕੁ ਲੀਡਰ ਮੈਂ ਉਹਨਾਂ ਬਾਰੇ ਕਮੈਂਟ ਨਹੀਂ ਕਰਨਾ। ਤੁਸੀਂ ਲਗਾਤਾਰ ਇਹ ਗੱਲ ਕਰਦੇ ਹੋ ਕਿ ਕਾਂਗਰਸ ਦੇ MLA ਜਿਹੜੇ ਨੇ ਇਹ ਲਗਾਤਾਰ ਮਤਲਬ ਡਰੱਗ ਦੇ ਵਿੱਚ ਉਹ ਮਹੀਨਾ ਲੈਂਦੇ ਨੇ ਇਸ ਮਾਫੀਆ ਦੇ ਵਿੱਚੋਂ, ਇਹ ਪਿਛਲੇ 6-7 ਮਹੀਨੇ ਤੋਂ ਜਾਂ ਪਿਛਲੇ ਤੁਸੀਂ ਇਹਦੇ ਖਿਲਾਫ ਕੀ ਮੰਗ ਕਰਦੇ ਨੇ? ਨਹੀਂ ਕੋਈ, ਮੈਂ ਤੁਹਾਨੂੰ ਤੁਸੀਂ ਗੱਲ ਦੱਸੋ, ਕੋਈ ਤੁਹਾਨੂੰ ਸ਼ੱਕ ਹੈ? ਨਹੀਂ ਸਰ, ਮੈਂ ਨਹੀਂ ਤੁਹਾਨੂੰ ਸ਼ੱਕ ਹੈ? ਤੁਸੀਂ ਦੱਸੋ ਸ਼ੱਕ ਹੈ? ਨਹੀਂ ਮੈਂ ਤਾਂ ਕਹਿੰਦਾ ਤੁਸੀਂ ਵੀ ਮੰਨਦੇ ਹੋ, ਤੁਸੀਂ ਵੀ ਮੰਨਦੇ ਹੋ, ਅਸੀਂ ਗਵਰਨਰ ਇਹਦੀ ਆ ਸਾਰੀ ਚੀਜ਼ ਦੀ ਜਾਂਚ ਆ ਜਾਣ ਕੇ ਕੈਪਟਨ ਤਾਂ ਕਲੀਨ ਚਿੱਟ ਦੇ ਦੀ, ਕਲੀਨ ਚਿੱਟ ਕੈਪਟਨ ਸਾਹਿਬ ਇਕੱਲਾ 1.5 ਸਾਲ ਤੱਕ ਦੇ ਸਕਦਾ।
ਡੇਢ ਸਾਲ ਦੇ ਬਾਅਦ ਕੈਪਟਨ ਸਾਹਿਬ ਕਲੀਨ ਚਿੱਟ ਨਹੀਂ ਦੇ ਸਕਦਾ? ਅਨਵਰ ਮਸੀਹ ਦਾ ਜਿਹੜਾ ਅਕਾਲੀ ਦਲ ਦਾ ਨੇਤਾ, ਤੁਸੀਂ ਐਸ ਐਸ ਬੋਰਡ ਦਾ, ਤੁਸੀਂ ਇੱਕ ਗੱਲ ਦੱਸੋ, ਐਸ ਐਸ ਬੋਰਡ ਦੀ ਐਕਸਟੈਂਸ਼ਨ ਕਿਹਨੂੰ ਦਿੱਤੀ ਅਤੇ ਐਸ ਐਸ ਉਹਦੀ ਫੋਟੋਆਂ ਦੇਖੀਆਂ ਇਲੈਕਸ਼ਨ 'ਚ ਕਿਹਨੂੰ ਸਪੋਰਟ ਕੀਤੀ ਉਹਨੇ? ਆਹ ਜਿਹੜਾ ਇਲੈਕਸ਼ਨ ਹੋਇਆ ਪਾਰਲੀਮੈਂਟ ਆਪਣਾ ਲੋਕ ਸਭਾ ਇਲੈਕਸ਼ਨ 'ਚ, ਉਹ ਕਿਹੜੇ ਪਾਸੇ ਅੱਗੇ ਗਿਆ ਸੀ, ਕਿਹਨਾਂ ਸਪੋਰਟ ਕੀਤੀ ਸੀ ਅਕਾਲੀ ਦਲ ਨੂੰ 2022 ਪੰਜਾਬ ਦੇ ਲੋਕ ਜਿਹੜੇ ਨੇ ਉਹ ਸੱਤਾ 'ਚ ਲਿਆਉਣਗੇ? ਤੁਸੀਂ ਸਾਡੀਆਂ ਜਿਹੜੀਆਂ ਰੋਸ ਰੈਲੀਆਂ 'ਤੇ ਤੁਸੀਂ ਦੇਖੀ ਹੋਣੀ ਹੈ, ਤੁਸੀਂ ਕੱਲ੍ਹ ਤਰਨ ਤਾਰਨ ਸਾਹਿਬ ਮਾਝੇ ਦੀ ਧਰਤੀ ਦੇ ਸੀ, ਪਹਿਲੇ ਅੰਮ੍ਰਿਤਸਰ ਸੀ, ਜੋ ਲੋਕਾਂ ਵਿੱਚ ਗੁੱਸਾ ਪੰਜਾਬ ਸਰਕਾਰ ਦਾ ਪਤਾ ਹੀ ਲੱਗ ਜਾਂਦਾ। ਹਜ਼ਾਰਾਂ ਦੀ ਗਿਣਤੀ, ਮੈਂ ਆਪਣੇ ਸਿਆਸੀ ਕੈਰੀਅਰ 'ਚ ਮੈਂ ਬਹੁਤ ਰੈਲੀਆਂ ਕੀਤੀਆਂ, ਪਰ ਡਿਸਟ੍ਰਿਕਟ ਵਾਈਜ਼ ਐਡੀਆਂ ਵੱਡੀਆਂ ਰੈਲੀਆਂ ਅੱਜ ਤੱਕ ਨਹੀਂ ਮੈਂ ਦੇਖੀਆਂ ਜਿੰਨੀਆਂ ਹੁਣ ਹੋ ਰਹੀਆਂ। ਪਰ ਅਕਾਲੀ ਦਲ ਟਕਸਾਲੀ ਵੀ ਸੇਮ ਚੀਜ਼ ਕਹਿੰਦੇ ਕਿ ਸਾਡੀਆਂ ਵੀ ਰੈਲੀਆਂ 'ਚ ਬਹੁਤ ਬੰਦੇ ਆ ਰਹੇ, ਕਾਰਨ ਕੀ ਹੈ? ਰੈਲੀ ਵਰਸਿਸ ਰੈਲੀ ਚੱਲ ਰਹੀ ਹੈ, ਉਹਨਾਂ ਬਾਰੇ ਮੈਂ ਕੀ ਕਹਾਂ? ਯਾਰ ਮੈਂ ਤੁਹਾਨੂੰ ਦੱਸਾਂ, ਚੰਗਾ ਉਹ ਵੀ ਮਿਹਨਤ ਕਰ, ਕਿਉਂਕਿ 20-25 ਸਾਲ ਮਿਹਨਤ ਨਹੀਂ ਕੀਤੀ, ਜੇ ਮਿਹਨਤ ਕਰਦੇ ਤਾਂ ਅੱਜ ਸੰਗਰੂਰ ਜ਼ਿਲ੍ਹੇ ਦਾ ਆਪਣਾ ਹੱਲ ਨਹੀਂ ਹੋਣਾ ਸੀ। ਚਲੋ ਮਿਹਨਤ ਘੱਟ ਤੋਂ ਘੱਟ ਕੰਮ ਤਾਂ ਲਾਤੇ ਅਸੀਂ, ਆਪ ਦਿੱਲੀ 'ਚ ਆਈ ਆ, ਉਹ ਕਹਿੰਦੇ ਪੰਜਾਬ 'ਚ ਵੀ ਅਸੀਂ ਸਰਕਾਰ ਨੂੰ ਨਹੀਂ, ਇਹਦੇ ਬਾਰੇ ਕਹੋਗੇ? ਦਿੱਲੀ ਆਪ ਸਰਕਾਰ ਪੰਜਾਬ 'ਚ ਉਹ ਤਾਂ ਅਮਰੀਕਾ 'ਚ ਵੀ ਜਾਣਗੇ ਡੋਨਲਡ ਟਰੰਪ ਦੇ ਖਿਲਾਫ, ਮਤਲਬ ਆਪ ਹੀ ਲੜਨਗੇ ਆਪ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮੋਬਾਈਲ ਅਸੀਂ ਆਰਡਰ ਕੀਤੇ ਸੀ ਪਰ ਕੋਰੋਨਾ ਵਾਇਰਸ ਕਰਕੇ ਲੇਟ ਹੋ ਗਏ, ਉਹ ਬਿਆਨ ਨੂੰ ਤੁਸੀਂ ਕਿੱਦਾਂ ਦੇਖਦੇ? ਹੁਣ 2 ਸਾਲ ਕੋਰੋਨਾ ਵਾਇਰਸ ਚੱਲਣੀ ਹੈ, ਉਹ ਜਿਹੜਾ ਮੁੰਡੇ ਰੱਖਣੇ ਸੀ ਉਹ ਤਾਂ ਕੋਰੋਨਾ ਵਾਇਰਸ ਪੰਜਾਬ 'ਚ ਨਹੀਂ, ਉਹ ਤਾਂ ਰੱਖ ਲਓ। ਹੈਂ ਐਵੇਂ ਝੂਠ ਤੇ ਝੂਠ। ਭਗਵੰਤ ਮਾਨ ਦੇ ਉੱਤੇ ਫਿਰ ਐਲੀਗੇਸ਼ਨ ਲੱਗ ਰਹੇ ਜੀ ਕੋਈ ਸ਼ਰਾਬ ਪੀਂਦੇ, ਅਕਾਲੀ ਕੋਈ ਸ਼ੱਕ ਹੈ? ਕਿਸੇ ਨੂੰ ਕੋਈ ਸ਼ੱਕ ਹੈ? ਪੰਜਾਬ 'ਚ ਇੱਕ ਨਵੀਂ, ਕਿਸੇ ਨੂੰ ਕੋਈ ਸ਼ੱਕ ਹੈ? ਭਗਵੰਤ ਮਾਨ ਕਸਮ ਖਾਂਦੇ ਨੇ, ਕੈਪਟਨ ਅਮਰਿੰਦਰ ਸਿੰਘ ਵੀ ਕਸਮ ਖਾਂਦੇ ਨੇ, ਇਹ ਸੌ ਦੀ ਰਾਜਨੀਤੀ ਤੁਸੀਂ ਪਹਿਲੀ ਵਾਰੀ ਦੇਖੋ? ਆ ਇਕੱਠੇ ਹੈ ਨਾ ਭਾਈਚਾਰਾ, ਇਕੱਠਾ ਨਾ ਜੁਮੀਰ ਜੀ, ਜਿਸ ਤਰ੍ਹਾਂ ਕਰਤਾਰਪੁਰ ਵੀਜ਼ਾ ਹੋਇਆ, ਹਿੰਦੂ ਦੀ ਡਿਮਾਂਡ ਹੈ ਕਿ ਜਿਹੜਾ ਕਟਾਸ ਰਾਜ ਹੈ, ਕਟਾਸ ਰਾਜ ਯਾਤਰਾ ਪਾਕਿਸਤਾਨ ਦੇ ਵਿੱਚ, ਉਹਨੂੰ ਵੀ ਵੀਜ਼ਾ ਕੀਤਾ ਜਾਏ? ਜ਼ਰੂਰ 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 ਕੀਤਾ ਜਾਏ। ਜਿਹੜੇ ਧਾਰਮਿਕ ਸੀ ਦੱਸਾਂ, ਜਿਹੜੀ ਆਪਣੀਆਂ ਬਾਰਡਰਸ ਹੁੰਦੇ ਆ ਆਪਣੇ, ਜਦੋਂ ਬੰਦੇ ਦੀ ਆਸਥਾ ਆ ਜਾਵੇ, ਰਿਲੀਜੀਅਸ ਫੀਲਿੰਗਸ ਆ ਜਾਵੇ, ਉੱਥੇ ਆਹ ਚੀਜ਼ਾਂ ਪੋਲੀਟੀਕਲ ਲੀਡਰਸ਼ਿਪ ਨੂੰ ਉੱਤੇ ਉੱਠ ਕੇ ਲੋਕਾਂ ਦੀ ਮੂਵਮੈਂਟ ਅਲਾਓ ਹੋਣੀ ਚਾਹੀਦੀ ਹੈ। ਥੈਂਕ ਯੂ। ਅਕਾਲੀ ਭਾਜਪਾ ਗੱਠਜੋੜ ਦੀ ਹੋਵੇ ਜਾਂ ਕਾਂਗਰਸ ਸਰਕਾਰ ਦੀ, ਇਹਨਾਂ ਰਵਾਇਤੀ ਪਾਰਟੀਆਂ ਨੇ ਸਾਲ ਦਰ ਸਾਲ ਦਹਾਕੇ ਦਹਾਕੇ ਪੰਜਾਬ ਦੀ ਸੱਤਾ 'ਤੇ ਕਾਬਜ਼ ਹੋ ਪੰਜਾਬ ਦੀ ਸੱਤਾ ਦਾ ਸੁੱਖ ਭੋਗਿਆ ਹੈ, ਪਰ ਪੰਜਾਬ ਦੀ ਆਵਾਮ ਨੂੰ ਹਮੇਸ਼ਾ ਦੁੱਖ ਹੀ ਦਿੱਤਾ ਹੈ। ਹਮੇਸ਼ਾ ਪੰਜਾਬ ਦੀ ਆਵਾਮ ਨੂੰ ਵੱਡੇ ਵੱਡੇ ਮੈਨੀਫੈਸਟੋ ਵਿਖਾ ਕੇ, ਖੁਆਬ ਵਿਖਾ ਕੇ ਉਹਨਾਂ ਨੂੰ ਚੱਕਣਾ ਚੂਰ ਕੀਤਾ ਹੈ, ਅਤੇ ਹੁਣ ਪੰਜਾਬ ਦੀ ਆਵਾਮ ਨੂੰ ਇਹ ਤੈਅ ਕਰਨਾ ਹੈ ਕਿ 2022 ਦੀਆਂ ਚੋਣਾਂ ਵਿੱਚ ਮੁੜ ਇਹਨਾਂ ਰਵਾਇਤੀ ਪਾਰਟੀਆਂ ਦੇ ਝੂਠੇ ਚੰਗਲ ਵਿੱਚ ਫਸਣਾ ਹੈ ਜਾਂ ਕਿਸੇ ਤੀਸਰੀ ਸਾਫ਼ ਸੁਥਰੀ ਅਤੇ ਚੰਗੀ ਧਿਰ ਨੂੰ ਬਹੁਮਤ ਦੇ ਨਾਲ ਜਿਤਾ ਕੇ ਪੰਜਾਬ ਦੀ ਸੱਤਾ 'ਤੇ ਕਾਬਜ਼ ਕਰਵਾ ਕੇ ਇਹਨਾਂ ਰਵਾਇਤੀ ਪਾਰਟੀਆਂ ਅਕਾਲੀ ਭਾਜਪਾ ਅਤੇ ਕਾਂਗਰਸ ਨੂੰ ਦਰਕਿਨਾਰ ਕਰਨਾ ਹੈ, ਜਿੱਦਾਂ ਦਿੱਲੀ ਦੇ ਵਿੱਚ ਕੀਤਾ, ਤਾਂ ਜੋ ਪੰਜਾਬ ਦੀ ਜਵਾਨੀ ਬਚਾਈ ਜਾ ਸਕੇ, ਪੰਜਾਬ ਦੀ ਕਿਸਾਨੀ ਬਚਾਈ ਜਾ ਸਕੇ, ਪੰਜਾਬ ਦੇ ਪਾਣੀਆਂ ਦਾ ਹੱਕ ਲਿੱਤਾ ਜਾ ਸਕੇ। ਕਿਉਂਕਿ ਇਹ ਰਵਾਇਤੀ ਪਾਰਟੀਆਂ ਉਹ ਨੇ ਜਿਹਨਾਂ ਨੇ ਪੰਜਾਬ ਨੂੰ ਅੱਜ ਤੱਕ ਸਿਰਫ ਅਤੇ ਸਿਰਫ ਦੁੱਖ ਦਿੱਤਾ ਹੈ, ਬੇਅਦਬੀਆਂ ਦਿੱਤੀਆਂ ਨੇ, ਬੇਗੁਨਾਹਾਂ ਨੂੰ ਗੋਲੀਆਂ ਦਿੱਤੀਆਂ ਨੇ, ਸੌਦਾ ਸਾਹਿਬ ਨੂੰ ਮੁਆਫੀਆਂ ਦਿੱਤੀਆਂ ਨੇ, ਹੱਥ ਵਿੱਚ ਗੁਟਕਾ ਸਾਹਿਬ ਫੜ ਫੜ ਕੇ ਬਾਣੀ ਦੀਆਂ ਝੂਠੀਆਂ ਸੌਹਾਂ ਖਾਧੀਆਂ ਨੇ। ਤੁਸੀਂ ਸਭ ਇਸ ਮਸਲੇ ਉੱਤੇ ਕੀ ਸੋਚਦੇ ਹੋ, ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ। ਵੀਡੀਓ ਚੰਗੀ ਲੱਗੀ ਹੋਵੇ ਲਾਈਕ ਅਤੇ ਸ਼ੇਅਰ ਵੀ ਜ਼ਰੂਰ ਕਰਨਾ। ਬਿਊਰੋ ਰਿਪੋਰਟ, ਗੁਰਬਾਣੀ ਅਖੰਡ ਬਾਣੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ, ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।